ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਫਤਿਹਗੜ੍ਹ ਛੰਨਾ, ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਰਹਿ ਜਾਣਾ ਬਰਨਾਲਾ। ਪਸ਼ੂ ਦਿਖਾ ਦਾਂਗੇ 5, ਇੱਕ ਦਿਖਾ ਦਾਂਗੇ 7.5 ਮਹੀਨਿਆਂ ਦੀ ਗੱਭਣ ਵੱਛੀ, ਇੱਕ 8 ਮਹੀਨਿਆਂ ਦੀ, ਇੱਕ ਵੱਛੀ ਦੇ ਟੀਕਾ ਲੱਗਿਆ ਹੋਇਆ ਤੇ ਇੱਕ ਤਾਜ਼ੀ ਵਿਹੜਾ, ਤੇ ਇੱਕ ਹੈਗੀ ਆ ਝੋਟੀ ਸੱਜਣੋ ਫੁੱਲ ਵੱਡੇ ਕੱਦ ਕਾਠ ਵਾਲੀ, ਨਾਲ ਕੱਟੀ ਆ ਤੋਕੜ ਝੋਟੀ ਆ, ਵਜਨ ਵਜੂਦ ਵੀ ਫੁੱਲ ਆ। ਤੇ ਆਪਾਂ ਅੱਜ ਕਹਿੰਦੇ ਵੀ ਫਤਿਹਗੜ੍ਹ ਛੰਨਾ ਵਾਲੇ ਗੇਜੀ ਕੋਲੇ ਪਹੁੰਚਿਆ ਹੋਇਆ, ਲੰਮੇ ਸਮੇਂ ਬਾਅਦ ਆਇਆ ਬਾਈ ਕੋਲੇ, ਤੇ ਕੱਦ ਕਾਠ ਵਾਲਾ ਨਹੀਂ ਮੈਂ ਇਹਦਾ ਲੇਖਾ ਹੈਗਾ ਕੋਈ ਵੀ। ਆ ਜਾ ਗੇਜੀ ਫਿਰ, ਹੋਰ ਕਿਵੇਂ ਆ? ਠੀਕ ਠਾਕ, ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਚੜ੍ਹਦੀ ਕਲਾ ਜੀ। ਆ ਗੇਜੀ ਚਿਰ ਬਾਅਦ ਮਿਲਿਆ ਅੱਜ, ਹੈ ਨਾ? ਹਾਂਜੀ ਹਾਂਜੀ, ਕੰਮ ਧੰਦੇ ਗਰਮੀ ਪਤਾ ਹੀ ਥੋੜੀ। ਠੀਕ ਹੈ ਗੱਲ, ਹੁਣ ਚੱਲੂ ਕੰਮ ਲਗਾਤਾਰ ਲਗਾਤਾਰ ਚੱਲੂ ਜਿਵੇਂ ਅੱਗੇ ਆਪਾਂ ਕੱਟੀਆਂ ਗਈਆਂ ਵੀ ਪਾਉਂਦੇ ਹਾਂ ਰਿਹਾ ਵੀਡੀਓ ਤਕਰੀਬਨ ਹਰੇਕ ਕਿਸਮ ਦਾ ਪਸ਼ੂ ਪਾਇਆ। ਹੁਣ ਵਿਹਲੇ ਹੋ ਗਏ ਜੀ, ਕੰਮ ਚੱਲੂ ਜੀ? ਚੱਲੂ ਕੰਮ ਤਾਂ ਚੱਲਦਾ ਹੈ, ਮੱਝ ਤੂੰ ਕਰ ਲਈ ਸ਼ੁਰੂ? ਅਸੀਂ ਕਿੱਥੋਂ ਮਰਜ਼ੀ ਕਰ ਲਓ ਜੀ। ਆ ਝੋਟੀ ਦੀ ਮਾਰ ਦੇ ਗੈਰੀ ਕੈਮਰਾ, ਖੜੀ ਚਾਦਰਾਂ ਥੱਲੇ ਆ ਨਾ, ਚਾਦਰਾਂ ਨੇ ਗਰਮ ਹੋਣੇ, ਚਾਦਰਾਂ ਬਸ ਉਹਦਾ ਕਰ ਬਦਲਦਾ ਹੈ ਬਸ। ਆ ਤੋਰ ਗਏ ਜੀ ਫਿਰ, ਸੂਆ ਕਿਹੜਾ ਦਾ? ਇਹ ਦੂਜਾ ਸੂਆ ਜੀ। ਕਿੰਨੇ ਕੁ ਟਾਈਮ ਦੀ ਸੂਈ ਹੋਊ? ਸੂਈ ਨਹੀਂ, ਹੋ ਗਈ 2 ਮਹੀਨੇ ਹੋ ਗਏ। 2 ਮਹੀਨੇ ਮਗਰ ਮਗਰ ਬਚੀ ਜੀ ਤਾਂ ਨਹੀਂ ਚੱਲਦੀ ਵਿਚਾਰੀ? ਨਾ ਜੀ, ਹੁਣ ਨਹੀਂ ਚੱਲਦੀ ਹੈਗੀ, ਹੈ ਨਾ ਚੱਲਦੀ ਨਹੀਂ। ਹਾਂ ਬਚੀ ਬਾਈ ਕਹਿੰਦਾ ਚੱਲਦੀ ਨਹੀਂ, 2 ਮਹੀਨਿਆਂ ਦੇ ਏੜ ਗੇੜ ਸੂਈ ਆ ਤੇ ਨਾਲ ਆ ਗਈ ਕੱਟੀ, ਕੂਨੀ ਬਹੁਤ ਆ ਜੀ, ਕੋਈ ਐ ਨਹੀਂ ਹੈਗਾ, ਕਾਟ ਦਾ ਕੋਈ ਲੇਖਾ ਨਹੀਂ ਹੈਗਾ, ਕੱਦ ਵੱਡਾ ਆ ਗਿਆ, ਫੁੱਲ ਵੱਡਾ ਛੋਟਾ ਨਹੀਂ ਕਿਸੇ ਵੀ ਪੱਖ ਤੋਂ, ਬਾਡੀ ਵਾਲੇ ਪੱਖ ਤੋਂ ਗੱਲ ਕਰ ਲਈਏ, ਫੁੱਲ ਮਜ਼ਬੂਤ ਆ ਗਈ ਤੇ ਸੁਭਾਅ ਦੀ ਬਾਈ ਕਹਿੰਦਾ ਹੈਗੀ ਆ ਜਮਾ ਠੰਡੀ। ਇੱਥੋਂ ਘੁਮਾ ਕੇ ਮਾੜੀ ਜਿਹੀ ਰੋਕ ਲਈ ਬਾਈ, ਇੱਥੋਂ ਲੰਬਾਈ ਦਿਖਾ ਰਹੀ ਮੇਰੀ, ਰੋਕ ਲੈ ਘੁਮਾ ਕੇ, ਇੱਥੇ ਇੱਥੇ ਰੋਕ ਲੈ ਬਸ, ਇੱਥੋਂ ਦਿਖਾ ਦੇਗਾ ਜੀ, ਲੰਬੀ ਲੰਬੀ ਵੀ ਫੁੱਲਾ, ਉੱਚੀ ਵੀ ਫੁੱਲਾ ਲਿਆ ਬਾਈ, ਤੇ ਸਿੰਗਾਂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਆ ਗਿਆ, ਤੇ ਬਾਕੀ ਸੁਭਾਅ ਦੀ ਜਿਵੇਂ ਬਾਈ ਨੇ ਦੱਸਿਆ ਵੀ ਸੁਭਾਅ ਦੀ ਬਹੁਤ ਠੰਡੀ ਆ ਝੁੱਕੀ। ਤੇ ਦੁੱਧ ਗੱਜੀ ਹੁਣ ਕਿੰਨਾ ਕਹਦੇ ਕੋਲ? ਇਹ ਸਲ 10 ਕਿਲੋ ਹੋਈ, ਉਹ ਤਾਂ ਹੈਗੀ 11-12 ਕਿਲੋ, ਥੋੜਾ ਜਿਹਾ ਮਨ ਉੱਪਰ ਆਪਰਾ ਡੰਗਰ ਕਰ ਦੇਣਾ ਕਿਨਾ, ਉਹ ਕੂਨੀ ਤਾਂ ਨਹੀਂ ਹੈ ਜੀ ਕਿ ਮਰਜ਼ੀ ਕੋਈ ਜਵਾਕ ਬੈਠਾ ਰਹੇ, ਕੋਈ ਚੱਕਰ ਨਹੀਂ ਹੈ। ਠੀਕ ਹੈ ਗੱਲ, ਬਸ ਆ ਲੈ ਚੱਲ ਚੱਲ ਅੰਦਰ ਲੈ ਚੱਲ, ਮੜੀ ਜਿੱਤਰੀ ਮਰਜ਼ੀ ਬੈਠ ਰਹੇ, ਕੋਈ ਇਹੀ ਗੱਲ ਨਹੀਂ ਕਿ ਮਰਜ਼ੀ। ਤੇ ਆਪਣੇ ਕੋਲੇ ਜੇ ਗੱਲ ਕਰ ਲਈਏ ਕਦੋਂ ਆਈ ਹੈ? ਆਪਣੇ ਕੋਲੇ ਹੋ ਗਏ 5-6 ਦਿਨ ਜੀ। 5-6 ਦਿਨ? ਹਾਂਜੀ। ਠੀਕ ਹੈ ਗੱਲ, ਵੀ ਆਪਣੇ ਕੋਲੇ ਆ ਕੇ ਥੋੜਾ ਜਿਹਾ ਘਟ ਗਈ? ਹਾਂਜੀ ਘਟ ਗਈ, ਕਰਦੀ ਦੀ 11-12 ਇੱਕ ਥੋੜੀ ਜਿਹੀ ਮੇਰੇ ਗਰਮੀ ਵੀ ਕਰਕੇ ਜੀ। ਹਾਂ ਇਹਦਾ ਕਰਕੇ ਥੋੜਾ, ਹਾਂ ਜੀ ਚਾਦਰਾਂ ਦੇ ਨਾਲ ਹੀ ਬਾਈ ਨੇ ਤੂੜੀ ਪਾਰ ਗਈ ਆ, ਚਿਸ਼ਤ ਮੁਰੇ ਫੁੱਲ ਗਰਮੀ ਦਾ ਹੀ ਆ। ਹਾਂਜੀ, ਜਿਹੜਾ ਸਮਾਂਗਾ, ਸਮਾਂ ਹੈਗਾ ਤਕਰੀਬਨ 2:09 ਹੋ ਗਏ, ਉਹ ਦਿਖਾ ਦੀ ਇੱਕ ਵਾਰੀ ਕਰੀ, 2:09 ਦਾ ਟਾਈਮ ਆ, ਉਹ ਹਿਸਾਬ ਨਾਲ ਇਹਦੇ ਆਰਡਰ ਕੁਆਲਿਟੀ ਦੀ ਜੱਜਮੈਂਟ ਕਰ ਲਿਓ ਪਸ਼ੂਆਂ ਦੀ, ਕਿਉਂਕਿ ਸਵੇਰ ਦੀ ਚਵਾਈ ਹੋਈ ਹੋਈ ਹੈ ਇਹਨਾਂ ਦੀ, ਤੇ ਗੈਪ ਬਹੁਤ ਸੋਹਣਾ ਰੱਖ ਇੱਕ ਆਏ ਜੀ, ਮੈਂ ਤੁਹਾਨੂੰ ਹੁਣ ਦੱਸ ਦਈ ਮਾੜਾ ਪਤਾ ਕੀ ਹੈ, ਮਗਰ ਸਾਨੂੰ ਛਰਲਾ ਨਹੀਂ ਹੈਗਾ ਕਿ ਮੈਂ ਬਚਾਉਣ ਨਹੀਂ, ਮਾੜਾ ਛਿੱਟਾ ਹੈ ਨਹੀਂ ਮਾਰਦੀ, ਨਹੀਂ ਬੇਮਲੂਮਾ ਛਰਲਾ ਨਹੀਂ, ਭਾਰਾ ਨਹੀਂ ਮਾਰਦੀ, ਛਿੱਟਾ ਹੈ ਜਾਂ ਮਾਰਦੇ ਬੇਮਲੂਮਾ ਜਾ, ਪਿਛਲੇ ਸਾਨੂੰ ਹਾਂ ਬੇਮਲੂਮਾ, ਇੱਧਰ ਇੱਧਰ ਜਮਾਗ ਲੈ ਜਾਓ 19-20, ਹਾਂ ਵੀ ਆਏ ਨਾ ਕੋਈ ਤਾਂ ਜਮ ਜਰਾ ਛਿੱਟਾ ਜਾਂ ਮਨ ਵੀ ਤਾਂ ਆਏ ਨਹੀਂ ਹੈਗਾ, ਭਾਰਾ ਨਹੀਂ ਮਾਰਦੀ, ਤਾਂ ਕਾਏ ਛਿੱਟੇ ਨਹੀਂ ਮਾਰਦੇ, ਛੂਵੇਂ ਮਾਰਦੇ, ਚਵਾਈ ਜੂ ਚੰਗੀ ਆ। ਹਾਂ ਕੱਦ ਕੱਦ ਕਾਠ ਆ ਗਿਆ ਫੁੱਲ ਡਾਬਲੂ, ਸੁਭਾਅ ਦੀ ਆ ਗਈ ਠੰਡੀ ਜਮਾ, ਹਨਾ ਕੱਦ ਆ ਗਿਆ ਪੂਰਾ ਡਾਬਲ, ਸੁਭਾਅ ਦੀ ਆ ਗਈ ਠੰਡੀ, ਤੇ ਗੈਪ ਗੂਪ ਵੀ ਸੋਹਣਾ ਥਣਾ ਚ, ਤੇ ਨਾਲ ਇਹਦੇ ਆ ਗਈ ਕੱਟੀ, ਇਹਦੇ ਪੈਸੇ ਕੇ ਜੀ ਕਿੰਨੇ ਲੈ ਲਾਂਗੇ? 85,000 ਦੀ ਦੇਣਾ ਵੀਰੇ, ਹੈ 85,000 ਦੇਣਾ, ਮਾਨ ਤਾਨ ਕਰਦਾਂਗੇ। ਕਿੰਨਾ ਕਰ ਦਾਂਗੇ? ਜਮੀ ਫਿਕਸ ਕਰ ਦੇ ਕੰਮ, ਵੀਡੀਓ ਚ 85,000 ਦੀ ਦੇਣਾ, 85,000 ਦੀ ਦੇਣਾ। 82 ਦੀ ਬਾਈ ਕਹਿੰਦਾ ਦੇ ਦਾਂਗੇ, ਕੱਦ ਆ ਗਿਆ ਫੁੱਲ ਵੱਡਾ, 10 ਲੀਟਰ ਦੁੱਧ ਆ, 2 ਮਹੀਨਿਆਂ ਦੀ। 3 ਤਰੀਕ ਨੂੰ ਟੀਕਾ ਭਰਾ ਜੀ, ਟੀਕਾ ਹੀ ਭਰਾ, 3 ਤਰੀਕ ਨੂੰ ਭਰਾ ਜੀ, 3 ਨੂੰ। ਹਾਂਜੀ, ਮੇਰਾ ਖਿਆਲ ਆ 15, ਅੱਜ 21 ਤਰੀਕ ਹੋ ਗਈ ਜੀ, 16-17 ਦਿਨ ਹੋ ਗਏ, 17 ਦਿਨ ਹੋ ਗਏ। ਹਾਂਜੀ ਹਾਂ, ਟੀਕਾ ਵੀ ਇਹਦੇ ਬਾਈ ਨੇ ਭਰਾ ਦਾ, ਝੋਟੀ ਰਹਿ ਵੀ ਗਈ ਮਿਲਦਾ ਹੋਈ ਹੋਈ ਆ, ਤੇ ਉਂਚ ਬਾਈ ਦੀ ਓਕੇ ਆ ਵੀਰੇ, ਚਵਾਈ ਦਾ ਜਵਾਕ ਚੋਲੇ ਬੁੜੀ ਤੇ ਆਪਣੀ ਗਰੰਟੀ ਆ ਕਿ ਕੂਨੀ ਤੇਰਾ ਕੋਈ ਮਾਰਾ ਬੈਠਾ ਨਹੀਂ, ਡੰਗਰ ਕੋਈ ਲੱਗਾ ਨਾ, ਐਂ ਕਰਦਾ ਨਾ, ਕਿ ਮਰਜ਼ੀ ਬੈਠਾ ਰਹੇ, ਜਵਾਕ ਖੜੇ ਜਵਾਕ ਖੁੱਲੀ ਬੈਠਾ, ਕੋਈ ਮਰਜ਼ੀ ਕੋਈ ਚੱਕਰ ਨਹੀਂ, ਹੁਣ ਮਾਰ ਦੇਗਾ ਜੀ 2 ਨੰਬਰ, ਇਹ ਵੀ ਬੇ ਤੈਨੂੰ ਉਪਰਾ ਕਰਦੀ ਆ, ਕੋਈ ਚੱਕਰ ਨਹੀਂ, ਇਹਦੇ ਤੈਨੂੰ ਕਾ ਗਿਆ, ਉਨੀ ਆ ਵੀ ਆ ਤੋਰ ਖੋਲ ਕੇ। ਇਹਦਾ ਸੂਆ ਕਿੰਨੇ ਟਾਈਮ ਦਾ? ਇਹ ਸੂਈ ਨੂੰ ਹੋ ਗਿਆ ਜੀ 1 ਮਹੀਨੇ 1 ਕੁ ਮੰਗੂ ਜੀ, ਇਹਦੇ ਨਾਲ ਬੱਚਾ ਕੀ ਆ? ਇਹ ਮਾਰ ਬੱਚਾ ਜੀ, ਆ ਨਾਲ ਬੱਚਾ ਸੂਈ ਆ ਗਈ 1 ਮਹੀਨੇ ਦੀ, ਤੇ ਦੁੱਧ ਤਾਂ ਇਹਦਾ ਮੱਝ ਵਰਗਾ ਹੀ ਹੋਊ। ਹਾਂ ਚਿੱਟਾ ਦੁੱਧ ਜਮੀ, ਦੁੱਧ ਇਹਦਾ ਮੱਝ ਵਰਗਾ। ਸੂਆ ਕਿਹੜਾ ਬਾਈ ਦਾ? ਇਹ ਦੂਜਾ ਸੂਆ ਜੀ, ਦੂਜਾ ਸੂਆ। ਕੱਦ ਕਾਠ ਸੋਹਣਾ ਸੂਆ ਦੂਜਾ, ਤੇ ਉਦਾਂ ਵੀ ਤੁਹਾਨੂੰ ਰੇਟ ਕਰਾ ਦਾਂਗੇ ਕਮਾਲ ਇੱਥੋਂ ਬਾਈ।
ਤੇ ਨਿੱਕਾ ਨਿੱਕਾ ਸਿੰਘ ਜ਼ਰੂਰ ਆ ਉਹ ਤੁਹਾਡੇ ਸਾਹਮਣੇ ਆ ਕੂਨੀ ਆ ਵੀਰੇ, ਭਲਾ ਜਵਾਬ ਖੋਲੀ ਪਰ ਨਾ ਇਹੀ ਗੱਲ ਨਹੀਂ ਕਿ ਵੀ ਆਹੋ ਕਰ ਦਿਓ, ਕੋਈ ਬਾਤ ਤੇ ਨਹੀਂ। ਸੁਭਾਅ ਦੀ ਬਾਈ ਕਹਿੰਦਾ ਆ ਗਈ ਠੰਡੀ ਸੀਲ, ਝੋਣ ਨਾ ਦੇਖ ਲੈ, ਕਹਿੰਦਾ ਕੋਈ ਮਰਜ਼ੀ ਕੋ ਮਰਜ਼ੀ ਖੋਲੀ ਫਿਰੇ ਜਵਾਕ, ਕੋਈ ਚੱਕਰੀ ਨਹੀਂ। ਝੋਣ ਚ ਪਾਉਣ ਦੀ ਕਿਵੇਂ ਇਹ ਵੀ ਜੀ ਚੋਣੇ, ਤੈਨੂੰ ਕਹਿੰਦਾ ਵੀ ਬੁੜੀ ਚੋਲੇ, ਬੰਦਾ ਚੋਲੇ, ਪੀੜੀ ਢਾ ਕੇ ਚੋਲੇ, ਗਰੰਟੀ ਹੈ ਨੀ। ਠੀਕ ਆ ਗੱਲ, ਹਾਂ ਸੁਭਾਅ ਦੀ ਠੰਡੀ ਬਿਲਕੁਲ, ਹਾਂ ਵੀ ਮਿਲਦੀ ਬੱਚਾ ਛੱਡ ਗਿਆ ਭਰਾ ਵਾਲਾ, ਕਹਿੰਦਾ ਬੱਚਾ ਛੱਡਣਾ ਪੈ ਤੈਨੂੰ। ਠੀਕ ਆ ਗੱਲ, ਹਾਂ ਭਲਾ ਕਹਿੰਦਾ ਵੀ ਛੱਡ ਦੇ, ਫਲਾਨਾ ਕਰ ਦੇ, ਠੀਕ ਆ। ਠੀਕ ਆ, ਆ ਬਾਈ ਕਹਿੰਦਾ ਮਿਲਦੀ ਬੱਚੇ ਨਾਲੀਆਂ ਤੇ ਥਣ ਦਾ ਸਾਈਜ਼ ਦਿਖਾ ਦਿੰਗਾ ਜੀ, ਕਿਵੇਂ ਮਰਜ਼ੀ ਰਹੋ ਪਤਾ ਕੀ, ਤੈਨੂੰ ਥੋੜਾ ਉੱਪਰਾਂ ਕਰ ਲਾ, ਕੋਈ ਮਰਜ਼ੀ ਕੋ ਮਰਜ਼ੀ ਜਵਾਬ ਖੋਲੀ ਪੇਪਰਾਂ, ਕੋਈ ਚੱਕਰ ਨਹੀਂ। ਦੁੱਧ ਕਿੰਨਾ ਹੁਣ? ਦੁੱਧ ਵੀਰੇ ਆਪਾਂ 11 ਕਿਲੋ ਕਹਿ ਕੇ ਦੇਵਾਂ, ਚੋ ਕੇ ਤੋੜ ਕੇ ਲੈ ਜਾ ਲੀਟਰ ਮਿਣ ਕੇ। ਠੀਕ ਆ ਗੱਲ, ਚਵਾਈ ਆ ਮੈਂ ਨਾਲ ਥਾਣਾ, ਮੋਟਾ ਮੋਟਾ ਥਾਣਾ ਕੱਲੇ ਕੱਲਾ ਕੱਲਾ ਕਰ ਲੈਂਦੇ ਆ। ਠੀਕ ਆ ਗੱਲ, ਹਾਂ ਚਵਾਈ ਦੀ ਓਕੇ ਜੀ। ਹਾਂਜੀ 11 ਕਿਲੋ ਦੁੱਧ ਹਾਜ਼ਰ, 11 ਕਿਲੋ ਹਾਜ਼ਰ ਵੀਰੇ, ਇਹ ਨਾ ਦੁੱਧ 12 ਕਿਲੋ ਹੋ ਜੇ ਤੇ ਮੈਂ 11 ਕਿਲੋ ਦੁੱਧ 12 ਕਿਲੋ ਵੀ ਹੋ ਜੇ ਸਕਦਾ, ਤੈਨੂੰ 11 ਕਿਲੋ ਕਹਿਣਾ ਮੈਂ। ਚਿੱਟਾ ਜਮਾ ਜਰਾ ਮੈਂ ਅਸੀਂ ਰੱਖ ਦੀ ਘਰੇ ਦਾ, ਕਿੰਨੇ ਦੇ ਦੇਵਾਂਗੇ? ਇਹ 32,000 ਹੀ ਦੇ ਦਾਂਗੇ। ਹੋਰ ਵੀ ਮਾਨ ਤਾਂ ਤੂੰ 1000 ਰੁਪਏ ਹੋਰ ਛੱਡ ਦੂੰ, ਹੈ 1000 ਹੋਰ ਛੱਡ, ਫਿਕਸ ਜੀ 30 ਹੀ ਦੇ ਦੇਗਾ? 30 ਦਾ ਥੋੜਾ ਵਾਲਾ ਯਾਰ, ਹੈ ਥੋੜਾ ਵਾਲਾ, ਫਿਕਸ ਜੀ ਦੇ ਦੇ, ਛੋਟ ਮਰਜ਼ੀ ਦੀ ਕਰਦੀ। ਚਲ ਠੀਕ ਆ ਦੇ ਦਾਂਗੇ, ਫਿਕਸ ਜੀ 30,000 ਦੀ ਬਾਈ ਕਹਿੰਦਾ ਦੇ ਦਾਂਗੇ। ਦੁੱਧ ਆ ਗਿਆ ਮੱਝਾਂ ਵਰਗਾ, 90,000 ਦੀ ਰੀਸ ਕਰੂਗੀ, 90,000 ਦੀ ਮੈਂ ਇਹਦੀ ਰੀਸ ਕਰੂ। ਇਹ ਠੀਕ ਆ ਗੱਲ, ਹਾਂ ਚਵਾਈ ਦੁੱਧ ਚੋ ਕੇ ਲਾ, ਫੇਰ ਦੇਖ ਲਈ ਇੱਥੇ 2 ਡੰਗ 4 ਡੰਗ ਚੋ ਕੇ ਘਰੋਂ ਲੈ ਕੇ ਜਾਵੇ 11 ਕਿਲੋ ਮਿਣ ਕੇ। ਅਗਲੀ ਗੱਲ ਫੇਰ ਕਰੇ, ਹਾਂ ਫੇਰ ਕਰੇ, ਨਾਲੇ ਆ ਚਵਾਉ ਪੀੜੀ ਢਾ ਕੇ, ਪੀੜੀ ਢਾ ਕੇ ਬਹਿ ਕੇ ਨਾ, ਪੀੜੀ ਢਾ ਕੇ ਚੋਵੇ, ਐ ਨਹੀਂ ਹੈਗਾ ਵੀ ਹਿੱਲੂ ਕਿੱਥੇ ਪੈਰ ਧਰ ਲਓ ਉੱਥੇ ਰੱਖੂਗੀ, ਪੈਰ ਨਹੀਂ ਪੜਦੀ, ਨਵੀਂ ਨਹੀਂ ਪੜਦੀ ਗਰੰਟੀ ਆਪਣੀ। ਤੇ ਹੁਣ ਮਾਰ ਗਈ 3 ਨੰਬਰ ਵਾਲੀ ਬੱਚੀ ਦੇ ਕੈਮਰਾ, ਕੁਆਲਿਟੀ ਬੜੀ ਘੈਂਟ ਆ ਓਏ ਆ ਬੱਚੀ ਦੀ, ਪਛਾਣ ਹੋ ਕੇ ਸਾਰੀ ਦਿਖਾ ਦੇ, ਕੱਦ ਕਾਠ ਬਹੁਤ ਸੋਹਣਾ ਤੇ ਦੰਦਾਂ 'ਚ ਇਹ 2 ਦੰਦ ਆ, 2 ਦੰਦ ਆ ਵੀਰੇ, 2 ਦੰਦ, ਹਾਂ ਦੰਦ ਆਪਾਂ ਇਹਦੇ ਦੇਖ ਲਈ ਦੀ ਬਈ, ਦੰਦਾਂ 'ਚ ਆ ਗਈ 2 ਦੰਦ, ਕੱਦ ਕਾਠ ਬਹੁਤ ਸੋਹਣਾ ਇਹਦੇ ਭਰਾ ਆਪਾਂ 15 ਤਰੀਕ ਨੂੰ ਟੀਕਾ। ਠੀਕ ਆ ਗੱਲ, ਕਿੰਨੇ ਕਿ ਦਿਨ ਹੋ ਗਏ? ਅੱਜ 15 ਤੋਂ ਬਾਅਦ ਉਹਦੇ ਪਹਿਲਾਂ ਭਰਾ ਤੇ ਮੈਂ ਇਹਦੇ ਦੂਜੇ ਮਗਰੋਂ ਭਰਾ, 15 ਭਰਾ ਉਹਦੇ 3 ਨੂੰ ਭਰਾ ਹੈਗਾ। ਤੋਰ ਖੋਲ ਕੇ ਬਾਈ, ਪ੍ਰਿੰਟ ਪ੍ਰੁੰਟ ਬਾਈ ਜੀ ਸੋਹਣੀ ਬਹੁਤ ਆ ਬੱਚੇ, ਸਫਾਈਆਂ ਬਹੁਤ ਨੇ, ਆ ਗਈ ਦੰਦਾਂ 'ਚ 2 ਦੰਦ, ਕੱਦ ਕਾਠ ਬਹੁਤ ਸੋਹਣਾ ਕਰੂ ਤੇ, ਆ ਮੂਰੀ ਕਰਕੇ ਬਣਾ ਤੇ ਅੱਛਾ ਜਿਹਾ ਪਾਇਆ ਜੀ ਗੱਲ ਤੂੰ ਹੀ। ਅੱਗੇ ਜਾ ਕੇ ਮੰਨ ਲਓ ਵੀ ਜੇ ਬੱਚੀ ਗੱਭਣ ਨਿਕਲਦੀ ਆ ਤਿਆਰੀ ਤੇ, ਚੰਗੇ ਪੈਸਿਆਂ ਦੀ ਵਿਕਣ ਵਾਲੀ ਬੱਚੀ ਆ, ਥਾਣੇ ਦੇ ਆ ਗਏ ਤਕਰੀਬਨ ਸਿੰਗਲ 4, ਕੱਦ ਕਾਠ ਆ ਗਿਆ ਚੰਗਾ, ਚੰਗਾ ਕੱਦ ਆ ਹੁਣ ਵੀ ਬੱਚੀ ਦਾ, ਤੇ ਅੱਗੇ ਜਾ ਕੇ ਵੀ ਕੱਦ ਕਾਠ ਸੋਹਣਾ ਬਣਾਊਗੀ, ਤੇ ਐਚਐਫ ਦਾ ਹੀ ਲੱਗਿਆ ਦੇ ਬਾਈ। ਹਾਂਜੀ ਹਾਂਜੀ, ਇਹ ਇੱਥੇ ਰੋਕ ਲਈ ਘੁਮਾ ਮੜੀ ਜੀ, ਇਹ ਇੱਥੋਂ ਮਾਰ ਦੀ ਮੇਰੀ, ਬਸ ਬਸ ਕਰ ਜਾ, ਚੱਲ ਚੱਲ ਘੁਮਾ ਕੇ ਲੈ ਚੱਲ, ਲੈ ਆ ਕੋਈ, ਬਸ 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 ਕੀ ਲਿਆ ਪੁਰਾ ਅੱਛਾ ਭਾਈ ਕਰਕੇ ਮੂਰੀ ਕਰਕੇ ਨਾ, ਬਸ ਬਸ ਤੇ ਪ੍ਰਿੰਟ ਬਾਈ ਜਾ ਗਈ ਸੋਹਣੀ, ਬਸ ਬਸ ਤੇ ਸਾਫ ਸੂਫ ਵੀ ਫੁੱਲ ਆ ਗਈ, ਜੇ ਗੱਲ ਕਰ ਲਈਏ ਸਫਾਈਆਂ ਫੁੱਲ ਨੇ, ਥਣ ਦਿਖਾ ਦੀ ਗਰੀ, ਇੱਥੋਂ ਸਿੰਗਲ 4 ਹੀ ਨੇ, ਫਾਲਤੂ ਨਹੀਂ ਹੈਗਾ, ਝੋਲੀ ਬਹੁਤ ਬਣਾਈ ਰੱਖੀ ਦੀ, ਬਿਊਟੀ ਵਾਲੇ ਪੱਖ 'ਚ ਬਹੁਤ ਸ਼ਾਨਦਾਰ ਆ ਬੱਚੀ ਇਹ, ਸੀਮਨ ਬਾਈ ਕਹਿੰਦਾ ਇਹਦੇ ਆਪਾਂ ਲਵਾ ਦਾਂਗੇ, ਤੇ ਹੋਈ ਬਾਈ ਸਾਈਡ ਨੂੰ ਲਓ ਜੀ, ਇੱਥੋਂ ਦਿਖਾ ਦੀ ਗਰੀ ਸਾਰੀ ਦਿਖਾ ਦੀ, ਲੰਬੀ ਵੀ ਫੁੱਲ ਆ, ਕੱਦ ਵੀ ਫੁੱਲ ਆ, ਇਹਦੇ ਇਹਦੇ ਕੇ ਜੀ ਕਿੰਨੇ ਪੈਸੇ ਲੈ ਲਾਂਗੇ ਬੱਚੀ ਦੇ? ਇਹ 20,000 ਦੀ ਦੇ ਰਾਂ ਵੀਰੇ, 20 ਦੀ ਦੇ ਦਾਂਗੇ, ਹਾਂਜੀ ਛੋਟ ਆਪਾਂ ਕਰ ਦਾਂਗੇ, ਕਰ ਦਾਂਗੇ ਕਰ ਦਾਂਗੇ, ਤੇ ਹੁਣ ਮਾਰ ਦੇ ਗਰੀ 4 ਨੰਬਰ ਵਾਲੀ ਬੱਚੀ, ਇਹ ਤਾਂ ਜੀ ਇੰਨੀ ਕੂਨੀ ਹੈ ਜੀ ਤਾਂ, ਕਿ ਮਰਜ਼ੀ ਦਾ ਕਹਿਣਾ ਕੋਈ ਮਰਜ਼ੀ ਜਵਾਕ ਬਣਾ ਇਹਦੇ, ਲੈ ਲੈ ਗੱਬਣਾ ਬਾਈ, ਗੱਬੀ ਨਾ ਰਹਿੰਦਾ 1 ਮਹੀਨਾ, ਹਾਂ ਕੱਦ ਕਾਠ ਸੋਹਣਾ ਤੇ ਚੌੜੀ ਵੀ ਫੁੱਲ ਆ, ਹਾਂਜੀ ਪੂਰੀ ਐ ਜੀ ਬੱਚੀ ਬਣੂ, ਬਲ ਬਲ ਬਲਵੇ ਬਣੂ ਬਹੁ ਜੀ, ਸੁਭਾਅ ਦੀ ਠੰਡੀ ਆ, ਠੰਡੀ ਕੇ ਮਰਜ਼ੀ ਲੈ ਬੈਠਾ ਰੱਖੋ, ਇਹੀ ਗੱਲ ਨਹੀਂ ਕਿ ਮਰਜ਼ੀ ਖੁੱਲੀ ਛੱਡ ਦੇ ਪਹਿਲਾਂ ਸਵੇੜੇ ਚ, ਤੇ ਉੱਤੋਂ ਚੜਾਈ ਚੜੂਈ ਵੀ ਸੋਹਣੀ ਰੱਖਦੀ ਆ, ਕੱਦ ਵੀ ਸੋਹਣਾ ਰੱਖਦੀ ਆ, ਧੋਰ ਲਈ ਖੋਲ ਕੇ ਆਜੋ, ਸੂਆ ਪਹਿਲਾਂ ਸੁਣੀ ਆ, ਪਹਿਲਾਂ ਜੀ ਆ ਸੂਆ ਬਾਈ ਕਹਿੰਦਾ ਪਹਿਲਾਂ ਨਾ, ਗਰਮੀ ਕਿਉਂ ਛੱਡਾ ਮੇਰੇ, ਗਰਮੀ ਪਰ ਮੰਨਦੇ ਆ, ਇਹਦੇ ਮੂਰੀ ਨਹੀਂ ਪਾਈ ਜੀ ਗੱਲ ਤੇ, ਅੱਛਾ ਪਾਇਆ ਸੀ ਇਹਦੇ, ਤੌਂਸਲੀ ਨਹੀਂ ਹੈਗੀ, ਬੈਠ ਬਿਲਕੁਲ ਵੀ, ਜੇ ਗੱਲ ਕਰ ਲਈਏ ਜਾਨ ਵਾਲੀ ਆ, ਕੱਦ ਵਾਲੀ ਆ, ਚੰਗੇ ਕੱਦ ਕਾਟਦੀ ਆ, ਛੋਟੀ ਨਹੀਂ ਹੈਗੀ ਕਿਸੇ ਪਾਸਿਓਂ, ਥਣ ਆ ਗਏ ਸਿੰਗਲ 4, ਸੋਹਣਾ ਲੱਗਿਆ ਥਣ, ਤੇ ਤਰੀਕ ਦੇ ਹਿਸਾਬ ਨਾਲ 1 ਮਹੀਨਾ ਪੈਂਦੀਆਂ ਦਾ, 1 ਮਹੀਨਾ ਰਹਿੰਦਾ ਜੀ, ਇਹਦਾ ਬਾਈ ਕਹਿੰਦਾ ਪੂਰਾ, ਇਹਦਾ ਜਿਹੜਾ ਕੂਨੀ ਇੰਨੇ ਕੇ ਮਰਜ਼ੀ ਖੜੀ ਲੈ, ਇੱਥੇ ਫੜ ਤੱਕ ਲੈ, ਲੈ ਇਹ ਮਰਜ਼ੀ ਲੈ, ਹਲਾ ਕਰ ਲੈ, ਲੈ ਤੁਰਨ ਵਾਲਾ ਕੰਮ ਨਹੀਂ ਹੈਗਾ, ਲੈ ਫੜ ਲੈ, ਕਹਿੰਦਾ ਭੈਣ ਜੀ ਬੱਚੀ ਬੱਚੀ ਨੇ ਬੰਨਾ ਚੀਜ਼ਾਂ ਕਿਹੜੀ ਦੇਖਣੀ, ਬੱਚੀ ਨੇ ਐ ਕੱਢਣੀ ਇੱਥੇ, ਹਲਾ ਕਹਿੰਦਾ ਬੱਚੀ ਬਣਾਉਂਦੀ ਆ ਕੀ ਕਰਾਓ ਸੰਗ ਚ, ਨਾ ਹਾਂ ਵੀ ਗਰਮੀ ਗਰਮੀ ਨਹੀਂ ਮੰਨਦੀ ਵੀਰੇ, ਕਮਾ ਲਿਆ ਬਾਈ ਇੱਥੇ।
ਸੂਆ ਪਹਿਲਾਂ ਤੇ ਮਹੀਨਾ ਇਹਦਾ ਇੱਕ ਪੈਂਡਿੰਗ ਆ, ਉਦਾਂ ਦੀ ਬਾਈ ਤੋਂ ਰੇਟ ਕਰਾ ਦਾਂਗੇ, ਸ਼ਾਮ ਸੂ ਵਾਲੇ ਛਡਾ ਦਾਂਗੇ ਤੁਹਾਨੂੰ ਵੀ 2 ਰੁਪਏ ਜੇ ਕੋਈ ਸੱਜਣ ਲਿਜਾ ਕੇ ਸਾਹਮਣੇ ਤਾਂ ਉਹਨੂੰ ਬਣ ਜਾਣਾ ਤੇ ਇੱਥੋਂ ਦਿਖਾ ਦੇ ਪਛਾਣ ਤੋਂ ਵੈਰੀ ਤੋਰਾ ਤੂਰਾ ਬਹੁਤ ਚੰਗਾ ਹੈ। ਤੇ ਮੇਨ ਗੱਲ ਆ ਜਿਹੜੀ ਜਾਨ ਆ ਵੱਛੀ ਦੀ ਯਾਰ, ਸਮੀ ਹੋਈ ਆ, ਚੰਗੀ ਜਾਨ ਆ, ਚੜਾਈ ਵਾਲੀ ਬੈਠ ਆ, ਚੰਗਾ ਦੁੱਧ ਪਾ ਦੂਗੀ ਇਹ। ਇਹਦੀ ਮਾਂ ਦਾ ਵੀ ਜਿਵੇਂ ਬਾਈ ਨੇ ਮੈਨੂੰ ਦੱਸਿਆ ਸੀ, ਕਹਿੰਦਾ ਇਹਦੀ ਮਾਂ ਵੀ ਚੰਗੇ ਦੁੱਧ ਵਾਲੀ ਸੀ। ਇਹਦੀ ਮਾਂ ਦਾ ਕੀ ਰਿਕਾਰਡ ਸੀਗਾ ਜੀ ਦੁੱਧ? ਮੇਰੇ ਭਲੂਣ ਬੱਚੀ ਨੇ 17-18 ਕਿਲੋ ਦਿੱਤਾ ਸੀ। ਗਰਮੀ ਕਹਿੰਦਾ ਜਮਾ ਨੀ ਮੰਨਦੇ, ਛੱਡਾਂ ਥੱਲੀ ਖੜੀ ਦਿੰਦੇ ਸਾਹਮਣੇ, ਭੋਰਾ ਵੀ ਨੀ। ਮੈਂ ਕਹਿੰਦਾ ਉਹਨੇ ਕੋਈ ਗਾਈ ਬੱਚੀ ਕਰ, ਮੈਂ ਉਹ ਦੇ ਮੈਨੂੰ ਇਹ ਰੱਖ ਲਓ ਤੁਸੀਂ, ਕਹਿੰਦੇ ਤਾਂ ਅਸੀਂ ਰੱਖਾਂ ਤੁਹਾਨੂੰ ਫੇਰ ਦੇਵਾਂਗੇ। ਮੈਂ ਵੀ ਮੈਂ ਇਹ ਲੈ ਜਾਂਦਾ ਗਾ, ਉਹ ਇੰਨੀ ਕੂਨੀ ਨਿਆਣਾ ਪਾ ਨਾ ਪਾ ਕੇ ਮਰਜ਼ੀ ਇਹਦੇ ਬੈਠਾਂਗਾ। ਲੈ ਫੜ ਆ, ਲੈ ਕਹਿੰਦਾ ਚੱਕ ਲਾ, ਇੰਨੀ ਕੂਨੀ ਬਾਕੀ ਆ, ਇੱਕ ਮਹੀਨਾ ਬਾਕੀ ਆ, ਚੱਕਰ ਆ ਕੇ ਲੈ ਲਵਾਂਗਾ ਘਰੋਂ, ਇੱਥੋਂ ਤੱਕ ਆਪਣੀ ਚੱਕਰੀ ਨਹੀਂ ਕੋਈ। ਰੇਟ ਕੀ ਰਹੂਗਾ ਇਹਦਾ? 42,000 ਹੀ ਦੇਵਾਂਗੇ। ਫਿਕਸ ਬਾਈ ਸਰ, ਛੋਟ ਟੱਪਾ ਕਰ ਲਾਂਗੇ, ਕਰ ਦਾਂਗੇ। ਤੇ ਹੁਣ ਮਾਰ ਦੇ ਘਰੀ ਲਾਸਟ ਵਾਲੀ ਇਹ ਵੀ ਲੱਗਣਾ ਵੀ ਆਇਆ, ਇਹ ਵੀ ਕੂਨੀ ਬਹੁਤ ਆ। ਜੇ ਕਿਸੇ ਨੇ ਜੋੜਾ ਲੈਣਾ ਹੈ ਤਾਂ ਓਦਾਂ ਦਾ ਮਾਨ ਤਾਨ ਹੋ ਜੂਗਾ, ਕੱਲੀ ਕੱਲੀ ਚ ਓਦਾਂ ਦਾ ਹੋ ਜੂਗਾ ਤੁਹਾਡਾ। ਬਲ ਢਿੱਲਾਂ ਚੰਗੀਆਂ ਨੇ, ਬਣੂਗੀ ਸੋਹਣੀ, ਪੁੱਛੋ ਥੋੜੀ ਲੰਡੀ ਆ ਜ਼ਰੂਰ। ਭਾਅ ਕੀ ਆ ਵੀਰੇ, ਗਰਮੀ ਵਾਲਾ ਤੋਹਫਾ ਠੀਕ ਆ, ਗੱਲ ਸੁਣਾ, ਭਾਅ ਵੀ ਹੋ ਜਾਈਦਾ, ਭਾਅ ਨੀ ਕੋਈ ਬਾਹਲਾ, ਸ਼ਾਮ ਨੂੰ ਕੋਈ ਚੱਕਰ ਨਹੀਂ ਆ ਗਈ, ਠੰਡੀ ਵੀ ਸੁਭਾਅ ਦਾ, ਗਰਮ ਵਾਲਾ ਸੀਨ ਨਹੀਂ ਹੈਗਾ ਕਿਸੇ ਪਾਸੇ, ਜਿਵੇਂ ਮਰਜ਼ੀ ਹੱਥ ਮਾਰੀ ਆ, ਜਿਹੜਾ ਗਰਮ ਪਸੂ ਉਹ ਹੱਥ ਨਹੀਂ ਮਰਵਾਉਂਦਾ ਥੱਲੇ। ਤੇ ਆ ਗਈਆਂ ਦੋਨੇ ਇੱਕੋ ਹੀ ਆ ਬਿਲਕੁਲ ਇਹ। ਹਾਂਜੀ, ਇਹਦੇ ਪੈਸੇ ਕਿੰਨੇ ਲੈ ਲਾਂਗੇ? 7.5 ਵਾਲੀ ਦੇ ਇਹ 15,000 ਦੀ ਦੇ ਦਾਂਗੇ ਵੀਰੇ, ਜਮੀ ਫਿਕਸ ਕਰ ਦੇ, 13,000 ਦੀ ਦੇਵਾਂਗੇ। ਹੈਂ? 13,000 ਦਾ ਛੋਟਾ ਪਾ ਕਰ ਦਾਂਗੇ, 13-24। ਹਾਂ, 13-24 ਮੰਨਤਾ ਨੂੰ ਜੀ। ਹਾਂ ਮੰਨਤਾ, ਜੇ ਕਿਸੇ ਨੇ ਜੋੜਾ ਲੈਣਾ ਹੋਏ ਜੋੜੇ ਚ, ਹੋ ਜੋ ਇਕੱਠੇ ਚ ਜੋੜਾ, ਜੇ ਮੈਂ ਖਿੱਚ ਤਾ ਕੰਮ, ਜੇ ਮੇਰਾ ਇਹ 7.5 ਦੀ ਗੱਬਣਾ, ਇਹ ਹੋ ਗਈ 8। ਹਾਂ, ਜੋੜੇ ਚ ਹੋ ਜੂ ਮੰਨਤਾ ਜਮੀ, ਚਲ ਦੇਖ ਕੇ ਕਰਦਾ ਕਿੰਨਾ ਹੋਇਆ, ਕਰ ਦੇ ਹੋ ਜੂ, ਕਰਦਾ ਕੋਲ। ਨੰਬਰ ਬੋਲ ਦੋ ਜੀ, 97795-6218। 97795-6218-22 ਦਾ ਨੰਬਰ ਹੈ। ਤੇ ਪਸ਼ੂ ਤੁਹਾਨੂੰ ਦਿਖਾਤੇ ਮੈਂ ਗਿਣਤੀ ਚ, ਤਕਰੀਬਨ 5 ਇਹਨਾਂ ਚੋਂ, ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ। ਧੰਨਵਾਦ ਜੀ।